हाँ जी सत श्री अकाल जी सारयां नूं। अज आपां लगे सीगे इत्थे ग्राउंड दे विच सफाई करन, जिम नूं करदे सीगे रंग, ते मुंडे कहिंदे ब्लॉग बनाउणा, मैं कहा चल बना लैंदे आ, नाले यारे लगे रहांगे नाल नाल। तुहानूं पता कैमरा मैनूं पता नहीं घुम्मदा नहीं तां चलदी वीडियो आद बैठे ही आ, बैठण जी जोर इहनां दा, सब नूं जोर ज़्यादा लगे रहा इस वेले, देखो हत्थां तों मेहनत दा पता लग रहा है। शीशा तोड़ता, सो नुकसान करता, फिर ड्यूटी अहीं चेंज करती। बर्श पैद है हम, तुम बर्श ना लगे करो फिर। आ साडे ठेकेदार बैठे आ, ठेकेदार जी काम सही चलदा? बहुत वधिया काम चलंदे आ जी, दिहाड़ी ना कट लिओ साडी, साडी रोड इहदे साफ सुथरी रहे, सानू इत्थे इन्नी खुशी होई। पंप जिन्ना मर्जी दे दो, दिहाड़ी इही लैणी आ, जिन्नी मर्जी दिहाड़ी 500 रुपए दे जाणी सानू, मैच जे दिल दो अज ते तां दिहाड़ी दे। अज मुंडे दा मैच ते चले आ, किट्टा बंदा नहीं आ किथे आ, ये चले आ मैच ते। बाकी हुण मेरा काम है हम टचिंगा लाइनिया, क्योंकि दो कंधा करती नहीं क्या जानू, मगर मगर टचिंगा ला लीए, तो ग्राउंड भी अभी मिट्टी पवाई है, वह भी तुम दिखा। ये ग्राउंड थोड़ा दूजी मिट्टी सी पक जाती जी, हम टिब्बा पवाया उधर खिलारता है, अज इधर खिलारते सारा, जो 10-15 ट्रालियां सटाइया साढ़े पिंड की ग्राउंड आ, ना आ शहीद बाबा दीप सिंह जी स्पोर्ट्स क्लब रजिस्टर पिंड खैरा माझा। बहुत वधिया लग रहा है, बॉडी बिल्डर तुसीं की विचार लैणे आपणे, ये ठेकेदारी है भी गलत रंग पा लिया गूढ़ा रंग पा लिया, फिक्का रंग बाद चो पहलो पौने, पहलो उस्ताद जी ने गूढ़ा रंग पा लिया। हाँ देखो एक ग्राउंड नू रंग हो दिया जी, बहुत वधिया रंग किया मुंडिया ने, आ भाई ने किया संयम भाई अपने जिन्हें इंद्रजीत रा ओदा मिलिया जी, ओ भाई अपने बिक्की PTU वाले रेंदे उदा खैरे माझी आ, ते काम इन्हां दा PTU सारा पढ़दे लिखदे आ जी। हाँ जी IELTS करदे आ जी, हुण कहिंदे कनेडा अमरीका जावांगे, ते अपनी ग्राउंड दे मुंडे सपोर्ट करांगे पूरी। आ बिक्की भाई हुणी ताइयों लगे पे ग्राउंड साफ करन, अपनी बहुत वधिया ग्राउंड साफ करन दे आ जी। बिक्की भाई जी की सुझाव देना चाहुंदे आ जी ग्राउंड बारे? गरीब बच्चों बहुत मदद करते हैं, बाकी वधिया प्लेयर ने बहुत वधिया ਵਧੀਆ ਗੱਲ ਆ ਜੀ, ਸਾਰੇ ਪਿੰਡਾਂ 'ਚ ਮੈਂ ਕਹਿੰਦਾ ਇੱਦਾਂ ਹੀ ਹੋਣੀ ਚਾਹੀਦੀ ਹੈ ਜੀ, ਨਾਲ ਨਾਲ ਦੇ ਪਿੰਡਾਂ ਵਿੱਚ ਵੀ ਜੇ ਨਹੀਂ ਤੁਹਾਨੂੰ ਸਹੂਲਤ ਮਿਲਦੀ ਨਾਲ ਨਾਲ ਦੇ ਪਿੰਡਾਂ ਵਿੱਚ, ਖੈਰੇ ਮਾਝੇ ਆਓ, ਕੈਂਪ ਦੀ ਤਿਆਰੀ ਆ ਹੁਣ, ਤਾਂਹੀਓ ਮੁੰਡੇ ਰੰਗ ਕਰਨ ਦੇ ਆ ਜੀ ਗਰਾਊਂਡ 'ਚ, ਕਿ ਸਾਡੀ ਗਰਾਊਂਡ ਵਧੀਆ ਲੱਗੇ। ਹਾਂ ਵਿੱਕੀ ਭਾਈ ਇੱਦਾਂ ਹੀ ਆ ਨਾ ਜੀ? ਹਾਂਜੀ ਆਹ ਆਪਣੀ ਜਿੰਮ ਦਾ ਸਮਾਨ ਆ ਜੀ, ਹਜੇ ਥੋੜ੍ਹਾ ਕਹਿੰਦੇ ਹੋਰ ਨਵਾਂ ਵੀ ਲੈ ਕੇ ਆਵਾਂਗੇ, ਅਤੇ ਵਿੱਚੋਂ ਥੋੜ੍ਹਾ ਸਮਾਨ ਹੈਗਾ ਵਾ, ਅਤੇ ਉਹ ਗਗਨ ਭਾਈ ਆ ਜੀ, ਆਹ ਗਗਨ ਭਾਈ ਆ ਜੀ, ਪਹਿਲੋਂ ਰੰਗ ਹੋਰ ਪਾ ਲਿਆ ਜੀ, ਅਤੇ ਹੁਣ ਧੋ ਕੇ ਡੱਬਾ ਲੈ ਕੇ ਆਇਆ ਜੀ, ਡੱਬਾ ਚੈੱਕ ਕੀਤਾ ਸੀ ਉਦੋਂ ਪਾ ਕੇ। ਅਤੇ ਗਗਨ ਭਾਈ ਹੁਣ ਤਾਂ ਕਿੱਦਾਂ
ਕੈਂਪ ਦੀਆਂ ਤਿਆਰੀਆਂ ਹੋਣੀਆਂ ਲੋ ਕਹਿੰਦੇ ਸਟੋਰੀ ਪਾਉਣੀ ਚਾਹੀਦੀ ਸਾਨੂੰ ਸਟੋਰੀ ਪਾਉਣ ਦਾ ਕਿੰਨਾ ਫਾਇਦਾ ਹੋਇਆ ਸਟੋਰੀ ਪਾ ਕੇ ਪਾਈ ਤੇ ਜਦੋਂ ਸਾਡੇ ਹੀ ਸਾਡੀਆਂ ਭਰਾਵਾਂ ਨੇ ਦੇਖੀ ਸਟੋਰੀ ਤੇ ਸਾਡੇ ਲਈ ਪਨੀਰ ਵਾਲੇ ਪਕੌੜੇ ਲੈ ਕੇ ਆਏ ਖਾਣ ਨੂੰ ਆਹ ਦੇਖੋ ਨਾਲ ਬ੍ਰੈਡ ਵੀ ਆ ਲੱਸੀਆਂ ਆ ਕੋਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਲਈ ਪਨੀਰ ਵਾਲੇ ਪਕੌੜੇ ਲੈ ਕੇ ਆਏ ਬਾਈ ਫੋਨ ਆ ਗਿਆ ਹੋਲ ਕਰੋ ਮੁਆਇਨਾ ਕਰਨ ਪਹੁੰਚੇ ਆ ਮੁੰਡੇ ਕੰਮ ਸਹੀ ਕਰਦੇ ਆ ਸੇਵਾ ਲਾਈ ਸੀ ਮੁੰਡਿਆਂ ਨੂੰ ਜਿੰਮ ਦਾ ਪਿੰਡ ਦਾ ਜਿੰਮ ਜਿਹੜਾ ਉਸ ਦਿਨ ਨੂੰ ਸਾਰਾ ਐਨ ਵਧੀਆ ਬਣਾਉਣ 'ਚ ਨਵਾਂ ਬਣਾਉਣ 'ਚ ਅਤੇ ਮੁੰਨਾ ਭਲਵਾਨ ਦੇਖਣ ਆਇਆ ਸੀ ਵੇਟ ਵੂਟ ਦੀ ਹਾਲਤ ਆਪਾਂ ਫਿਰ ਨਾਲ ਉਸਦੇ ਬਸ ਲਹਿਰ ਪੰਤੀ ਬਹੁਤ ਵਧੀਆ ਕੰਮ ਵਧੀਆ ਕੰਮ ਕਰ ਰਹੇ ਨਾ ਮੁੰਨਾ ਜੀ ਮੁੰਡੇ ਬਹੁਤ ਵਧੀਆ ਕੰਮ ਕਰ ਰਿਹਾ ਇੱਦਾਂ ਹੌਲੇ ਕਰ ਰਿਹਾ ਕਿਉਂ ਗੋਗੋ ਜੀ ਸਾਡੇ ਵੀ ਵਿਚਾਰ ਮੁੰਡੇ ਨਾਲ ਰਲਦੇ ਮਿਲਦੇ ਠੀਕ ਆ ਚਲੋ ਮਿਲਦੇ ਆ ਫੇਰ ਤੁਹਾਨੂੰ ਅਸੀਂ ਥੋੜੀ ਦੇਰ ਤੱਕ ਮੁੰਡੇ ਲੱਗਿਆ ਸਮਾਨ ਚੱਕਣ ਹੁਣ ਰੰਗ ਹੋ ਗਿਆ ਆ ਅਤੇ ਸਮਾਨ ਅੰਦਰ ਬਾਹਰ ਕੱਢਣ ਦਾ ਆ ਨਾਲ ਨਾਲ ਜਿੰਮ ਵੀ ਲਈ ਜਾਂਦੇ ਆ ਜਨੂਨ ਬਹੁਤ ਹੈ ਨਾ ਜਿੰਮ ਦਾ ਤਾਂ ਕਰਕੇ ਉਹ ਪੈਪ ਇਹ ਅਸੀਂ ਲਿਆਉਂਦੇ ਉਹਦਾ ਰੱਸਾ ਲਾਉਣ ਨੂੰ ਸੀਗੇ ਮਿਲਾ 7 ਮਹੀਨੇ ਹੋ ਚੱਲੇ ਆ ਅਤੇ ਸਾਡੀ ਹਿੰਮਤ ਦੇਖ ਲਓ ਹਜੇ ਤਾਂ ਲੱਗਾ ਨਹੀਂ ਇਹ ਨਿਸ਼ਾਨ ਸਾਹਿਬ ਦੇ ਸੀਗੇ ਪੈਪ ਗੁਰਦੁਆਰੇ ਦੇ ਉਹ ਚੱਕ ਲਿਆ ਮੁੰਡਿਆਂ ਨੇ ਤਾਰ ਉਹ ਦੇਖੀ ਆਪਦੇ ਮੂੰਹ ਤੇ ਮਰਾਇਓ ਸਾਡੇ ਨਾ ਮਾਰਿਓ ਵਾ ਇੱਕ ਉਹਦਾ ਮਿੱਟੀ ਦਾ ਬਲੋਕ ਵੀ ਅਸੀਂ ਬਣਾਉਣ ਦੇ ਹਾਂ ਜੇ ਸਿਰੇ ਚੜ ਗਿਆ ਉਹ ਠੀਕ ਆ ਨਹੀਂ ਤਾਂ ਵਿੱਚ ਹੀ ਮਾੜੀ ਝਲਕ ਦੇਖ ਲਓ ਮਿੱਟੀ ਖਿਲਾਰੀ ਅਸੀਂ 10-12 ਟਰਾਲੀਆਂ ਆਪ ਹੀ ਖਿਲਾਰੀਆਂ ਸਾਡੇ ਕੋਚ ਸਾਹਿਬ ਨੇ ਸਾਡਾ ਟਰੈਕਟਰ ਮੋੜਤਾ ਕਹਿੰਦੇ ਆਪ ਹੀ ਖਿਲਾਰੋ ਕੋਚ ਸਾਹਿਬ ਜੀ ਸਾਡੀ ਜਾਨ ਦੇ ਦੇ ਧੋਣ ਲੱਗ ਪਏ ਆ ਹੁਣ ਬਈ ਸਮਾਨ ਕੱਢ ਲਿਆ ਸਾਰਾ ਬਾਹਰ ਇਹ ਹਜੇ ਵੀ ਜਿੰਮ ਲਾਈ ਜਾਂਦਾ ਇਹਨੇ ਟੀ ਸ਼ਰਟ ਫਾੜਨੀ ਆ ਸਾਰਾ ਧੋਣ ਗਿਆ ਜਗਾੜ ਲਾਇਆ ਸਾਡਾ ਪੈਪ ਨਿਕਲੀ ਜਾਂਦਾ ਆ ਉਹੀ ਸਿਲੰਡਰ ਨੂੰ ਪੈਪ ਫੜਾਇਆ ਸਿਲੰਡਰ ਜੀ ਫੁੱਲ ਜ਼ੋਰ ਲੱਗ ਰਿਹਾ ਪਕੜ ਮਾਰ ਰਹੀ ਹੈ ਜੀ ਨਿਕਲ ਰਿਹਾ ਹਲੇ ਵਿੱਚੋਂ ਘੁੱਟ ਕੇ ਫੜਨਾ ਘੁੱਟ ਕੇ ਫੜੀ ਮੈਂ ਸਮਾਨ ਬਾਹਰ ਰੱਖਿਆ ਥੋੜਾ ਥੋੜਾ ਉਹ ਖੁਸ਼ੀ ਫੜੀ ਓਏ ਪੈਪ ਫੜ ਕੇ ਬੈਠੇ ਇਸ ਤਰ੍ਹਾਂ ਪੈਪ ਫੜਨਾ ਪੈਣਾ ਕਲੰਪ ਚੜੇ ਨਹੀਂ ਜਿਹੜੇ ਦੋ ਲਿਆਂਦੇ ਘੁੱਟ ਕੇ ਫੜ ਕੇ ਰੱਖ ਖੁੱਲ ਜਾਂਦਾ ਇਹ ਸਮਾਨ ਬਾਹਰ ਭਾਈ ਰੈਸਟ ਤੇ ਮੁੰਡੇ ਲੱਗੇ ਆ ਡਟੇ ਹੋਏ ਆ ਹਾਂਜੀ ਗਾਈਸ ਆਈ ਹੋਪ ਕਰਦਾ ਕਿ ਤੁਹਾਨੂੰ ਸਾਡਾ ਵਲੌਗ ਬਹੁਤ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮਿਲਦੇ ਹਾਂ ਆਪਾਂ ਨਵੇਂ ਵਲੌਗ 'ਚ ਸਤਿ ਸ਼੍ਰੀ ਅਕਾਲ